अज वाला ब्लॉग बेहद अहम है क्योंकि मैं अज राम मंदिर तक पहुंचे हैं और इस ब्लॉग के जरिए मैं तुम्हें तस्वीर भी दिखावगा कि किमें अगे बढ़ना है और किमें राम मंदिर के दर्शन होने हैं। तुम ब्लॉग जरिए पहले दर्शन करो प्रभु राम के मंदिर के। बहुत जबरदस्त भीड़ है और फिलहाल तो इस तरह लग रहा है कि पता ही नहीं कौन किहड़े पासे नूं जाएगा, कौन किधरों जा सकता है। बस हर कोई एक पासे चलिया जा रहा है। राम मंदिर दीआं तस्वीरां, राम मंदिर दे दर्शन। इत्थे जेकर जोड़े खोलने होण तां उहदा इंतजाम है। इत्थे लिफाफिआं दे विच पाके टंगे होए ने। फिलहाल भीड़ बहुत है तो जिहड़ी व्यवस्था सी ਉਹ ਐਵੇਂ ਲੱਗ ਰਿਹਾ ਜਿਵੇਂ ਚਰਮਰਾਈ ਹੁੰਦੀ ਹੈ ਬਹੁਤ ਬੁਰੇ ਤਰੀਕੇ ਨਾਲ, ਕਿਉਂਕਿ ਤੁਹਾਡੇ ਸਾਹਮਣੇ ਹੈ ਕਿ ਸਥਿਤੀ ਕਿਸ ਤਰੀਕੇ ਦੀ ਬਣੀ ਹੋਈ ਹੈ। ਐਂਟਰੈਂਸ ਗੇਟ ਦੇ ਉੱਪਰ ਅਸੀਂ ਇਸ ਸਮੇਂ ਮੌਜੂਦ ਹੈਗੇ ਹਾਂ। ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਭਵਿਆ ਰਾਮ ਮੰਦਿਰ ਦੀਆਂ। ਫਿਲਹਾਲ ਲੱਗ ਰਿਹਾ ਕਿ ਇੱਥੇ ਮੋਬਾਈਲ ਅਲਾਊਡ ਹੋਏਗਾ ਅੰਦਰ ਵੀ, ਔਰ ਕੋਸ਼ਿਸ਼ ਕਰਾਂਗੇ ਕਿ ਅੰਦਰ ਵੀ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਸਕੀਏ। ਬਹੁਤ ਭਵਿਆ ਨਜ਼ਰ ਆ ਰਿਹਾ, ਲੋਕ ਦੰਡਵਤ ਪ੍ਰਣਾਮ ਕਰ ਰਹੇ ਨੇ। ਇਹ ਤਸਵੀਰਾਂ ਸਭ ਕੁਝ ਬਿਆਨ ਕਰਦੀਆਂ ਨੇ ਕਿੰਨੀ ਸ਼ਰਧਾ ਭਾਵ ਦੇ ਨਾਲ ਇੱਥੇ ਲੋਕ ਪਹੁੰਚੇ ਹੋਏ ਨੇ, ਔਰ ਕੋਸ਼ਿਸ਼ ਇਹੀ ਹੋਏਗੀ ਕਿ ਹਰ ਇੱਕ ਤਸਵੀਰ ਮੈਂ ਅੰਦਰ ਦੀ ਵੀ ਤੁਹਾਨੂੰ ਦਿਖਾ ਸਕਾਂ। ਬਹੁਤ ਭੀੜ ਹੈ, ਬਹੁਤ ਜ਼ਬਰਦਸਤ ਭੀੜ ਹੈ, ਔਰ ਫਿਲਹਾਲ ਜਿਹੜੀ ਪੁਲਿਸ ਦੀ ਵਿਵਸਥਾ ਇੱਥੇ ਕੀਤੀ ਗਈ ਹੈ ਉਹ ਕੁਝ ਜ਼ਿਆਦਾ ਕਾਰਗਰ ਨਜ਼ਰ ਨਹੀਂ ਆ ਰਹੀ। ਤਾਂ ਜਿਵੇਂ ਹੀ ਕਪਾਟ ਖੁੱਲ੍ਹਦੇ ਨੇ ਜਾਂ ਰੱਸੀ ਉੱਪਰ ਚੁੱਕੀ ਜਾਂਦੀ ਹੈ ਤਾਂ ਬਹੁਤ ਤੇਜ਼ ਜਿਹੜੇ ਅੰਦਰ ਲੋਕ ਦਰਸ਼ਨ ਦੇ ਲਈ ਪਹੁੰਚ ਜਾਂਦੇ ਨੇ, ਔਰ ਉਤਸ਼ਾਹ ਤਾਂ ਹੈ ਇਸ ਵਿਚਾਲੇ। ਜਿਹੜੀ ਧੱਕਾ ਮੁੱਕੀ ਦਾ ਵੀ ਜ਼ਰੂਰ ਸਾਹਮਣਾ ਕਰਨਾ ਪੈਂਦਾ, ਤੁਸੀਂ ਕਹਿ ਸਕਦੇ ਹੋ ਕਿ ਇਹ ਇੱਕ ਸਮੱਸਿਆ ਜ਼ਰੂਰ ਜਿਹੜੀ ਇੱਥੇ ਐਡਮਿਨਿਸਟ੍ਰੇਸ਼ਨ ਆਉਣ ਨੂੰ ਆ ਰਹੀ ਹੈ। ਭੀੜ ਬਹੁਤ ਜ਼ਿਆਦਾ, ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਕਰਦੇ ਹਾਂ ਕਿ ਸਥਿਤੀ ਥੋੜ੍ਹੀ ਬਹੁਤ ਕੰਟਰੋਲ ਹੋਵੇ, ਪਰ ਫਿਲਹਾਲ ਤੁਸੀਂ ਭਗਵਾਨ ਰਾਮ ਦੇ ਮੰਦਿਰ ਦੇ ਦਰਸ਼ਨ ਕਰੋ। ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਇੱਥੇ ਤਸਵੀਰਾਂ ਨਜ਼ਰ ਆ ਰਹੀਆਂ ਨੇ, ਬਹੁਤ ਸ਼ਾਨਦਾਰ, ਬਹੁਤ ਜ਼ਬਰਦਸਤ। ਮੰਦਿਰ ਦੇ ਵਿੱਚ ਜਿਹੜਾ ਪੱਥਰ ਦਾ ਕੰਮ ਹੋਇਆ ਜਾਂ ਜਿਹੜੇ ਬਾਕੀ ਕੰਮ ਹੋਏ ਨੇ, ਔਰ ਇਹ ਤਸਵੀਰਾਂ ਸਾਰੀਆਂ ਬਾਖੂਬੀ ਸਭ ਕੁਝ ਬਿਆਨ ਕਰ ਰਿਹਾ। ਬਿਲਕੁਲ ਐਂਟਰੀ ਗੇਟ ਤੋਂ ਮੈਂ ਜਦੋਂ ਐਂਟਰ ਕੀਤਾ ਉਸ ਸਮੇਂ ਦੀਆਂ ਤਸਵੀਰਾਂ ਨੇ ਇਹ। ਰਾਮ ਮੰਦਿਰ ਦੇ ਦਰਸ਼ਨ ਤੁਸੀਂ ਕਰ ਰਹੇ ਹੋ, ਲਾਈਨ ਲੱਗੀ ਹੋਈ ਹੈ, ਔਰ ਮੈਂ ਸ਼ਰਧਾਲੂ ਦੇ ਤੌਰ ਦੇ ਉੱਤੇ ਹੀ ਆਪਾਂ ਅੱਜ ਭਵੇ ਰਾਮ ਮੰਦਿਰ ਦੇ ਦਰਸ਼ਨ ਤੁਸੀਂ ਜਿੱਥੇ ਪੂਰਾ ਸਮਾਗਮ ਹੋਇਆ ਸੀ ਕੱਲ੍ਹ ਉੱਥੇ ਦੀਆਂ ਤਸਵੀਰਾਂ ਨੇ, ਔਰ ਜਿਹੜਾ ਭਵੇ ਰਾਮ ਮੰਦਿਰ ਦੀ ਪਹਿਲੀ ਤਸਵੀਰ ਤੋਂ ਨਜ਼ਰ ਆ ਰਹੀ ਹੈ ਬਹੁਤ ਸ਼ਾਨਦਾਰ। ਤੁਸੀਂ ਕਹਿ ਸਕਦੇ ਹੋ ਕਿ ਇਹ ਖੂਬਸੂਰਤ ਸਜਾਵਟ ਔਰ ਮੰਦਿਰ ਨਜ਼ਰ ਇੱਕ ਇੱਕ ਚੀਜ਼ ਦੀ ਕਲਾ ਕਰਕੇ ਕੀਤੀ। ਤਸਵੀਰਾਂ ਤੁਹਾਨੂੰ ਅੰਦਰ ਦੀਆਂ ਦਿਖਾ ਰਹੇ ਹਾਂ ਰਾਮ ਮੰਦਿਰ ਦੀਆਂ, ਬਹੁਤ ਤੁਸੀਂ ਕਹਿ ਸਕਦੇ ਹੋ ਕਿ ਭਵਿਆ ਸਜਾਵਟ ਇਸ ਸਮੇਂ ਵੀ ਆਪਣੀ ਨਜ਼ਰ ਆ ਰਹੀ ਹੈ, ਔਰ ਇੱਕ ਇੱਕ ਤਸਵੀਰ ਤੁਸੀਂ ਆਪਣੀ ਮੰਦਿਰ ਦੇ ਅੰਦਰ ਦੀਆਂ ਤਸਵੀਰਾਂ ਅਸੀਂ ਕਾਫੀ ਹੱਦ ਤੱਕ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਮੰਦਿਰ ਦੇ ਅੰਦਰ ਅਲਾਊਡ ਨਹੀਂ ਸੀ, ਥੋੜ੍ਹਾ ਲੋਕ ਫਿਰ ਵੀ ਫੋਨ ਯੂਜ਼ ਕਰ ਰਹੇ ਨੇ, ਔਰ ਉਹੀ ਤਸਵੀਰਾਂ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਦੀ ਇਸ ਸਮੇਂ ਸਜਾਵਟ ਹੈ, ਇੱਕ ਇੱਕ ਬਹੁਤ ਕਿਵੇਂ ਦਿਖਾਈਆਂ ਗਈਆਂ ਇਹ ਸਾਰੀਆਂ। ਤੁਸੀਂ ਦੇਖੋ ਪੱਥਰ ਬਹੁਤ ਬਾਰੀਕੀ ਦੇ ਨਾਲ ਤਰਾਸ਼ਿਆ ਗਿਆ ਹੈ, ਔਰ ਇੱਕ ਇੱਕ ਪੱਥਰ ਬਹੁਤ ਕਈ ਕਈ ਟਨ ਦਾ ਇਹ ਪੱਥਰ ਹੋਏਗਾ ਜਿਹੜਾ ਇੱਥੇ ਤਰਾਸ਼ਿਆ ਗਿਆ, ਉਸ ਦੀਆਂ ਤਸਵੀਰਾਂ। ਤਾਂ ਮੰਦਿਰ ਪਰਿਸਰ ਦੇ ਵਿੱਚ ਜਦੋਂ ਆਪਾਂ ਘੁੰਮਦੇ ਹਾਂ ਤਾਂ ਫਿਲਹਾਲ ਇਹੀ ਪੂਰਾ ਇਨ ਔਰ ਐਗਜ਼ਿਟ ਬਣਾਇਆ ਗਿਆ, ਇੱਕ ਪਾਸੇ ਤੋਂ ਐਂਟਰੀ ਕਰੋ ਔਰ ਉਸ ਤੋਂ ਬਾਅਦ ਜਿਹੜੇ ਵਾਪਸੀ ਦੇ ਲਈ ਇੱਕ ਰਸਤਾ ਬਣਾਇਆ ਗਿਆ ਸਿੱਧਾ ਰਾਮਲੀਲਾ ਦੇ ਦਰਸ਼ਨ, ਉਸ ਤੋਂ ਬਾਅਦ ਮੰਦਿਰ ਪਰਿਸਰ 'ਚ ਹੋਰ ਪਾਸੇ ਜਾਣ ਦੀ ਇਜਾਜ਼ਤ ਨਹੀਂ ਹੈ। ਤਾਂ ਮੰਦਿਰ ਦੇ ਦਰਸ਼ਨ ਕਰੋ ਤੁਸੀਂ, ਬਿਲਕੁਲ ਕਿਵੇਂ ਦਾ ਨਜ਼ਾਰਾ ਇਸ ਸਮੇਂ ਨਜ਼ਰ ਆ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ, ਔਰ ਜਿੱਥੇ ਪੂਰੇ ਸਮਾਗਮ ਹੋਏ ਨੇ, ਭੀੜ ਬਹੁਤ ਜ਼ਬਰਦਸਤ ਹੈ ਇਸ ਸਮੇਂ ਨਜ਼ਰ ਆ ਰਹੀ। ਇਹ ਡੋਨੇਸ਼ਨ ਕਾਊਂਟਰ ਹੈ, ਡੋਨੇਸ਼ਨ ਕਾਊਂਟਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਭੀੜ ਡੋਨੇਸ਼ਨ ਦੇਣ ਦੇ ਲਈ ਲੱਗੀ ਹੋਈ ਹੈ। ਕਾਊਂਟਰ ਨੰਬਰ 1, 2, 3, 4, ਔਰ ਇੱਥੇ ਪੂਰੇ 10 ਕਾਊਂਟਰ ਬਣਾਏ ਗਏ ਨੇ। ਇਹ ਬਿਲਕੁਲ ਲੋਕ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਡੋਨੇਸ਼ਨ ਦੇਣ ਦੇ ਲਈ। ਇਹ ਡੋਨੇਸ਼ਨ ਕਾਊਂਟਰ ਹੈ ਔਰ ਨਾਲ ਨਾਲ ਰਸੀਦ ਵੀ ਇੱਥੇ ਦਿੱਤੀ ਜਾਂਦੀ ਹੈ। ਤਾਂ ਭਗਤੀ ਭਾਵ ਦਾ ਰੰਗ ਸਾਫ਼ ਤੌਰ 'ਤੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ। ਪ੍ਰਭੂ ਰਾਮ ਦੇ ਮੰਦਿਰ ਦੀਆਂ ਇਹ ਤਸਵੀਰਾਂ ਔਰ ਤੁਹਾਡੇ ਤੱਕ ਜੋ ਮੈਂ ਪਹੁੰਚਾ ਰਿਹਾ ਰਾਮ ਭਗਤਾਂ ਦਾ ਸੈਲਾਬ ਤੁਸੀਂ ਦੇਖ ਸਕਦੇ ਹੋ। ਅਤੇ ਇਸ ਵਿਚਾਲੇ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਲੋਕ ਨੇ ਦੂਰ ਤੱਕ ਤੁਸੀਂ ਦੇਖ ਰਹੇ ਹੋ ਕਿ ਇਸ ਸਮੇਂ ਐਂਟਰੀ ਫਿਲਹਾਲ ਥੋੜ੍ਹੀ ਰੁਕੀ ਗਈ ਹੈ, ਥੋੜ੍ਹੇ ਥੋੜ੍ਹੇ ਕਰਕੇ
ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਛੱਡਿਆ ਜਾਂਦਾ ਔਰ ਇਹ ਰਾਮ ਮੰਦਿਰ ਦੇ ਅੰਦਰ ਦੀਆਂ ਤਸਵੀਰਾਂ ਇਸ ਸਮੇਂ प्रभु राम दे मंदिर दे दर्शन तुसी कर रहे हो बहुत खूबसूरत और बहुत भव्य मंदिर नज़र आ रहा है जिहड़े फेज नूं उद्घाटन किया गया पूरा बन के मुकम्मल हो चुके उस दी तस्वीरां असीं तुहानूं दिखा रहे हैं कोशिश यही है कि प्रभु राम दे दर्शन तुसी कर सको इस मंदिर दे जिहड़े अंदर भी मैं जाने की कोशिश की है श्रद्धालुओं के लिए फिलहाल यही है कि बहुत जबरदस्त भीड़ है और भीड़ के विचाले तुसीं निकल के जदों असीं अंदर जाने तां राम मंदिर दे दर्शन करते हैं पर जरूर तुसीं कह सकते हो कि दर्शन फिर भी बहुत खुले हो रहे हैं और बहुत भव्य अंदर मंदिर बनया होया और उस दियां तस्वीरां आपां ने सारे ने देखिया ने और बहुत शानदार तुसीं कह सकते हो कि वो सारियां तस्वीरां नज़र आईयां ने।